केंद्र सरकार के वालों BSF का अधिकार खेतर 15 किलोमीटर तो 50 किलोमीटर कर दिया गया है। इससे वक्त-वक्त पिंडों के किसानों के घर के वसनीकों ने कहा कि केंद्र सरकार के इस फैसले नाल पूरा तरन तारण जिला BSF के अधिकार खेतर में आ जाएगा, जिस नाल BSF किसी भी वेले घर की तलाशी कर सकते हैं। इस नाल पिंडों में वसदे लोगों मेरे से सहम नहीं रहेगा तो BSF किसी भी व्यक्ति को गिरफ्तार करके पूछताछ कर सकते हैं। पंजाब राज को केंद्र के हवाले करने की कुछ ही हरकत है और केंद्र सरकार भी दिल्ली मोर्चे में ढह लाने की कुछ ही हरकत है और केंद्र सरकार में यह लोग विरोधी फैसला तुरंत वापस लेना चाहिए। ਹਾਂਜੀ ਭਾਜੀ, ਕੀ ਨਾਂ ਤੁਹਾਡਾ? ਮੈਂ ਦਿਆਲ ਸਿੰਘ ਮੀਆਂਵਿੰਡ। ਕੀ ਕਹਿਣਾ ਚਾਹੋਗੇ ਜੋ ਕਿ ਜਿਹੜਾ BSF ਦਾ ਦਾਇਰਾ ਵਧਾ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ? ਵੇਖੋ ਜੀ, ਪਹਿਲਾਂ BSF ਦਾ ਦਾਇਰਾ 15 ਕਿਲੋਮੀਟਰ ਹੀ, ਜਿਹੜਾ ਕੱਲ੍ਹ ਦਾ ਸੈਂਟਰ ਸਰਕਾਰ ਨੇ 50 ਕਿਲੋਮੀਟਰ ਕਰਤਾ ਵਾ, ਉਹ ਬਹੁਤ ਜ਼ਿਆਦਾ ਗਲਤ ਵਾ। ਕਿਉਂਕਿ ਅੱਗੇ ਤੋਂ ਜਿਹੜਾ ਵਾ BSF ਕਿਸੇ ਟਾਈਮ 'ਤੇ ਕਿਸੇ ਵੀ ਘਰ ਦੇ ਆਣ ਕੇ ਤਲਾਸ਼ੀ ਕਰ ਸਕਦੇ ਆ, ਬਿਨਾਂ ਬਰਾਂਡਾਂ ਤੋਂ, ਬਿਨਾਂ ਪੁਲਿਸ ਤੋਂ ਕਰ ਸਕਦੀ ਆ। ਕਿਸੇ ਨੂੰ ਵੀ ਬਾਹਰ ਤੁਰੇ ਫਿਰਦੇ ਨੂੰ, ਚੰਗੇ ਭਲੇ ਕਿਸਾਨ ਨੂੰ ਜਿਹੜਾ ਉਹ ਚੁੱਕ ਕੇ ਅਤੇ ਜੇਲ੍ਹਾਂ ਸੁੱਟ ਸਕਦੀ ਆ। ਇਸ ਕਰਕੇ ਅਸੀਂ ਇਹਦਾ ਨਿੰਦਿਆ ਕਰਦੇ ਹਾਂ। ਅਸੀਂ ਇਹ ਕਹਿੰਦੇ ਸੈਂਟਰ ਸਰਕਾਰ ਨੂੰ ਇਹਨੂੰ ਪਿੱਛੇ ਲੈਣਾ ਚਾਹੀਦਾ, ਇਹੋ ਜਿਹੇ ਕਾਨੂੰਨ ਨਹੀਂ ਪਾਸ ਕਰਨੇ ਚਾਹੀਦੇ, ਸਾਡੇ ਅੰਦੋਲਨ 'ਤੇ ਵੀ ਜਿਹੜਾ ਇਹਦਾ ਅਸਰ ਪਊਗਾ। ਮੈਂ ਮੁਖਤਾਰ ਸਿੰਘ ਬਿਹਾਰੀਪੁਰ, ਜਿਹੜਾ ਸੈਂਟਰ ਸਰਕਾਰ ਦੀ ਤਰਫੋਂ 50 ਕਿਲੋਮੀਟਰ ਦਾ ਏਰੀਆ ਜਿਹੜਾ ਵਾ ਬਾਰਡਰ ਤੋਂ ਦਿੱਤਾ ਗਿਆ, ਬਹੁਤ ਹੀ ਘਿਨਾਉਣੀ ਘਟਨਾ ਵਾ। ਕਿਉਂਕਿ BSF ਜਿਹੜੀ ਆ ਇਹ ਸੈਂਟਰ ਦੇ ਅੰਡਰ ਆਉਂਦੀ ਆ, ਇਹਦੇ ਉੱਤੇ ਪੰਜਾਬ ਦਾ ਕੋਈ ਕੰਟਰੋਲ ਨਹੀਂ ਰਹੂਗਾ। ਇਹ ਆਪਣੀ ਮਰਜ਼ੀ ਦੇ ਨਾਲ ਪਿੰਡਾਂ ਦੇ ਵਿੱਚ ਜਾਊਗੀ, ਪਿੰਡਾਂ ਦੇ ਵਿੱਚ ਪਿੰਡਾਂ ਦੇ ਘਰਾਂ ਦੀਆਂ ਤਲਾਸ਼ੀਆਂ ਕਰੂਗੀ। ਤਲਾਸ਼ੀਆਂ ਕਰਨ ਤੋਂ ਬਾਅਦ ਕੋਈ ਵੀ ਸਮਾਨ, ਕੋਈ ਵੀ ਚੀਜ਼ ਲੈ ਕੇ ਫਰਾਰ ਹੋ ਜੂਗਾ, ਕੋਈ ਦਾਦ ਫਰਿਆਦ ਨਹੀਂ ਹੋਊਗੀ। ਬਾਕੀ ਕੋਈ ਵੀ ਬੰਦਾ ਇਹਨਾਂ ਦੇ ਕਾਬੂ ਆ ਜੂਗਾ, ਉਹਦਾ ਪਤਾ ਉਦੋਂ ਹੀ ਲੱਗੂਗਾ ਜਦੋਂ ਮਤਲਬ ਫੜ ਕੇ ਲੈ ਜਾਣਗੇ। ਅਤੇ ਬਸ ਇੰਨਾ ਹੀ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਇਹ ਜਿਹੜਾ ਅੰਦੋਲਨ ਨੂੰ ਟਾਲ ਲਾਉਣ ਲਈ ਜਿਹੜੀ ਹੈ ਸਰਕਾਰ ਵੱਲੋਂ ਜਦੋਂ ਕੀਤਾ ਗਿਆ? ਇਹ ਗੌਰਮੈਂਟ ਦੀਆਂ ਬਹੁਤ ਵੱਡੀਆਂ ਚਾਲਾਂ ਵਾ। ਕੋਈ ਵੀ ਜਦੋਂ ਵੀ ਇਹ ਕੋਈ ਨਾ ਕੋਈ ਆਪਣਾ ਪ੍ਰੋਗਰਾਮ ਜਾਂ ਕੋਈ ਆਪਣਾ ਕਾਨੂੰਨ ਪਾਸ ਕਰਦੀ ਆ, ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਵਾ। ਕਿਉਂਕਿ ਲੋਕਾਂ ਦਾ ਧਿਆਨ ਦੂਰੇ ਪਾਸੇ ਲਾਉਣ ਵਾਸਤੇ, ਇਸ ਕਰਕੇ ਅਸੀਂ ਜਿਹੜੇ ਬਾਰਡਰ ਦੇ ਲੋਕ ਬਾਰਡਰ 'ਤੇ ਰਹਿੰਦੇ ਹਾਂ, ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਜਿੰਨੇ ਮਰਜ਼ੀ ਇਹ ਕਾਨੂੰਨ ਲੈ ਆਉਣ, ਪਰ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾ ਕੇ ਹੀ ਰਵਾਂਗੇ, ਫੇਰ ਘਰ ਮੁੜਾਂਗੇ। ਜੀ ਮੈਂ ਸੁਨਾਮ ਸਿੰਘ, ਪਿੰਡ ਖੋਜਗੀਪੁਰ, ਜ਼ੋਨ ਸਕੱਤਰ ਸ਼੍ਰੀ ਗੁਰੂ ਅੰਗਦ ਦੇਵ ਜੀ। ਜਿਹੜਾ ਇਹਨਾਂ ਦਾਇਰਾ ਵਧਾਇਆ ਜੀ BSF ਦਾ, ਉਹ ਬਹੁਤ ਘਟੀਆ ਕਾਰਵਾਈ ਮੈਂ ਸਮਝਦਾ ਜੀ, ਜਿਹੜੀ ਕੀਤੀ ਆ BJP ਮੋਦੀ ਸਰਕਾਰ ਨੇ। ਉਹਦਾ ਕਾਰਨ ਹੈ ਪੰਜਾਬ ਨੂੰ ਦਬਾਉਣ ਵਾਸਤੇ, ਜਿਹੜੇ ਦਿੱਲੀ ਕਾਲੇ ਕਾਨੂੰਨਾਂ ਵਾਸਤੇ ਸਾਰੇ ਕਿਸਾਨ ਬੈਠੇ, ਉਹਨਾਂ ਨੂੰ ਉੱਥੋਂ ਉਠਾਉਣ ਵਾਸਤੇ ਜਾਂ ਸਾਡੇ ਦੇ ਦਬਦਬਾ ਵਧਾਉਣ ਵਾਸਤੇ ਸਰਕਾਰ ਨੇ ਕੀਤਾ, ਜੋ ਕਿ ਬਹੁਤ ਘਟੀਆ ਕਾਰਵਾਈ ਕੀਤੀ ਆ। ਅਸੀਂ ਬਹੁਤ ਇਹ ਨਿੰਦਣਯੋਗ ਆ, ਇਹਦੀ ਨਿੰਦਿਆ ਕਰਦੇ ਹਾਂ। ਬਾਕੀ ਅਸੀਂ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਜਾਂ ਜਿਹੜੇ ਹੋਏ ਇਹਨਾਂ ਨੇ ਲਾਇਆ ਵਾ ਜਾਂ BSF ਨੂੰ ਦਾਇਰਾ ਵਧਾਇਆ, ਬਹੁਤ ਮਾੜਾ ਵਾ, ਅਸੀਂ ਇਹਨੂੰ ਮਾੜਾ ਸਮਝਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਾਰਡਰ 'ਤੇ ਘਰ ਨੇ, ਜਿਹੜਾ ਦਾਇਰਾ ਵਧਾਇਆ ਗਿਆ ਵਾ BSF ਦਾ, ਹੋਰ ਜਿਹੜਾ 15 ਤੋਂ ਵਧਾ ਕੇ ਜ਼ਿਆਦਾ ਕਰ ਦਿੱਤਾ ਗਿਆ, ਕਿਵੇਂ ਦੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਘਰਾਂ ਵਾਲੇ ਲੋਕ ਜਿਹੜੇ? ਮੈਂ ਭਗਵੰਤ ਸਿੰਘ ਸੰਗਰ ਬੇਨਤੀ ਕਰਦਾ ਵੀ ਜਿਹੜਾ ਇਹ ਦਾਇਰਾ ਵਧਾਇਆ ਗਿਆ ਵਾ, ਇਹ ਜਿੰਨੇ ਵੀ ਬਾਰਡਰ 'ਤੇ ਬਾਰਡਰ ਏਰੀਏ 'ਤੇ 50 ਕਿਲੋਮੀਟਰ ਏਰੀਏ 'ਚ ਆਉਂਦੇ ਆ, ਇਹ
ਜਦੋਂ BSF ਰਾਤ ਬਰਾਤੇ ਗ੍ਰਸਤੀਆਂ ਦੇ ਘਰ ਚਾਊਗੀ ਕੁਛ ਕਿਸ ਤਰ੍ਹਾਂ ਸੁੱਤਾ ਹੁੰਦਾ ਪੈਸਾ ਧੇਲਾ ਰੱਖਿਆ ਹੁੰਦਾ ਮਤਲਬ ਕਿਸੇ ਨੇ ਗਹਿਣਾ ਰੱਖਿਆ ਹੁੰਦਾ ਫਿਰ ਪਰਦਾ ਤਾਂ ਕੋਈ ਨਾ ਰਹਿ ਗਿਆ ਕਿ ਚੋਰਾਂ ਤੋਂ ਡਰਦੇ ਹਾਂ ਚੋਰਾਂ ਤੋਂ ਕਿਸੇ ਬੀਬੀ ਨੇ ਲੁਕਾ ਕੇ ਰੱਖਿਆ ਹੁੰਦਾ ਇਹ ਸਾਰਾ ਖਿਲਾਰਨਗੇ ਪੈਸਾ ਧੇਲਾ ਜੇ ਕਿਸੇ ਨੇ ਚੋਰਾਂ ਤੋਂ ਡਰਦਿਆਂ ਲੁਕਾ ਕੇ ਰੱਖਿਆ ਵੀ ਸਾਡੇ ਘਰ ਚੋਰ ਆ ਕੇ ਕਿਤੇ ਲੱਭਿਆ ਨਾ ਜਾਵੇ ਇਹ ਸਾਰਾ ਕੁਝ ਖਿਲਾਰਨਗੇ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨਗੇ ਜੋ ਨਾ ਕਿਸੇ ਦਾ ਸੋਨਾ ਅਤੇ ਨਾ ਮਤਲਬ ਜੀਣਾ ਆਰਾਮ ਹੋ ਜੂਗਾ ਇਸ ਕਰਕੇ ਇਹ ਜਿਹੜਾ ਫਰਮਾਨ ਆ ਸ਼ਾਹੀ ਫਰਮਾਨ ਇਹਨੂੰ ਬਿਲਕੁਲ ਵਾਪਸ ਲਿਆ ਜਾਵੇ ਜਿੱਦਾਂ ਮਤਲਬ ਇਹਨਾਂ ਨੇ ਫਰਮਾਨ ਕੀਤਾ ਉੱਦਾਂ ਵਾਪਸ ਲੈ ਜਾਣ ਨਹੀਂ ਤਾਂ ਕਿਸੇ ਵੀ ਧੀ ਭੈਣ ਦੀ ਇੱਜ਼ਤ ਜਿਹੜੀ ਆ ਉਹ ਬਰਕਰਾਰ ਨਹੀਂ ਰਹੂਗੀ ਕਿਸੇ ਨੌਜਵਾਨ ਦੀ ਇੱਜ਼ਤ ਜਿਹੜੀ ਬਰਕਰਾਰ ਨਹੀਂ ਹੈਗੀ ਨੌਜਵਾਨ ਕੋਲ ਸੁਰੱਖਿਅਤ ਨਹੀਂ ਰਹੂਗਾ ਧੀ ਭੈਣ ਕੋਲ ਸੁਰੱਖਿਅਤ ਨਹੀਂ ਰਹੂਗੀ ਅਤੇ ਇਸ ਕਰਕੇ ਕੋਈ ਸੁਣਵਾਈ ਨਹੀਂ ਹੋਣੀ ਅਤੇ ਇਹ ਜਿਹੜਾ ਫਰਮਾਨ ਆ ਐਡਾ ਮਾੜਾ ਫਰਮਾਨ ਆ ਕੋਈ ਗੱਲ ਕਰਨ ਵਾਲੀ ਨਹੀਂ ਇਹ ਮੋਦੀ ਸਾਹਿਬ ਨੂੰ ਅਹਿਮਦ ਸ਼ਾਹ ਨੂੰ ਕਹਿੰਦੇ ਹਾਂ ਵੀ ਇਹੋ ਜਿਹੇ ਫਰਮਾਨ ਜਿਹੜੇ ਆ ਉਹ ਸਿਰਫ ਕਿਸਾਨ ਅੰਦੋਲਨ ਨੂੰ ਜਿਹੜਾ ਵਾ ਉਹ ਢਾਹ ਲਾਉਣ ਵਾਸਤੇ ਲੋਕਾਂ ਦਾ ਧਿਆਨ ਇਸ ਪਾਸੇ ਖਿੱਚ ਕੇ ਅਤੇ ਮਤਲਬ ਉਹਨਾਂ ਨੂੰ ਫੇਲ ਕਰਨਾ ਚਾਹੁੰਦੇ ਆ ਪਰ ਇਹ ਜਿਹੜੇ ਮਨਸੂਬੇ ਆ ਇਹ ਮੋਦੀ ਸਾਹਿਬ ਦੇ ਨਹੀਂ ਪੂਰੇ ਹੋਣਗੇ ਇਹ ਮਾਝੇ ਦੀ ਜਿਹੜੀ ਤੋਂ ਚੰਗਿਆੜੀ ਉੱਠਦੀ ਆ ਇਹ ਤਾਂ ਮਾਝੇ ਨੂੰ ਦਬਾਉਣ ਲੱਗੇ ਆ ਕਿ ਜਿਹੜੀ ਵੀ ਅੰਦੋਲਨ ਦੀ ਚੰਗਿਆੜੀ ਉੱਠਦੀ ਜਿਹੜਾ ਜਬਰ ਜਨਾਹ ਕਰਦੇ ਆ ਇਹ ਚੰਗਿਆੜੀ ਸਿਰਫ ਮਾਝੇ ਤੋਂ ਉੱਠਦੀ ਆ ਅਤੇ ਗਾੜੀ ਮੁੜ ਕੇ ਫੈਲਦੀ ਆ ਫਿਰ ਅੱਗ ਬਾਰੇ ਭਾਂਬੜ ਬਲਦੇ ਆ ਇਹ ਕਰਕੇ ਇਹ ਜਿਹੜੇ ਆ ਇਹ ਨਹੀਂ ਚੱਲਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਜੀ ਹਾਂਜੀ BSF ਦੇ ਫਰਮਾਨ ਨਾਲ ਜਿਹੜੇ ਘਰਾਂ 'ਚ ਵਸਦੇ ਲੋਕ ਜੋ ਕਿਵੇਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਵੇਖੋ ਜਿਹੜੇ ਘਰਾਂ ਦੇ ਵਿੱਚ ਲੋਕ ਵਸਦੇ ਆ ਸਾਡੇ ਵਾਹਿਗੁਰੂ ਜੀ ਕੀ ਫਤਿਹ ਬੜਾ ਜੀ ਹਾਂਜੀ BSF ਦੇ ਫਰਮਾਨ ਨਾਲ ਜਿਹੜੇ ਘਰਾਂ 'ਚ ਵਸਦੇ ਲੋਕ ਜੋ ਕਿਵੇਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਵੇਖੋ ਜਿਹੜੇ ਘਰਾਂ ਦੇ ਵਿੱਚ ਲੋਕ ਵਸਦੇ ਆ ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਬਾਰਡਰਾਂ 'ਤੇ ਰਹਿੰਦੇ ਆ ਜੀ ਉਹਨਾਂ ਨੂੰ ਤਾਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜੀ ਇਸ ਕਰਕੇ ਜਿਹੜਾ 50 ਕਿਲੋਮੀਟਰ ਦੀ ਰੇਂਜ ਲਾ ਦਿੱਤੀ ਗਈ ਆ ਇੱਕ ਤਾਂ ਆਪਾਂ ਨੂੰ ਬਹੁਤ ਦੁਖੀ ਹਿਰਦੇ ਨਾਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਬਾਰਡਰ ਸਕਿਉਰਟੀ ਫੋਰਸ ਆ ਜਿਹਨੂੰ BSF ਕਿਹਾ ਜਾਂਦਾ ਵਾ ਉਹਦੇ ਵਿੱਚ ਰਾਤ ਬਰਾਤੇ ਦਿਨੇ ਜਦੋਂ ਵੀ ਮਰਜ਼ੀ ਉਹ ਆਪਣੇ ਆਣ ਕੇ ਚੈਕਿੰਗ ਕਰ ਸਕਦੇ ਆ ਉਹਦੇ ਵਿੱਚ ਸਾਨੂੰ ਖਤਰਾ ਹੀ ਖਤਰਾ ਵਾ ਸਾਡੀਆਂ ਬੱਚੀਆਂ ਨੂੰ ਸਾਡੀਆਂ ਧੀਆਂ ਨੂੰ ਨੌਹਾਂ ਨੂੰ ਫਿਰ ਸਾਨੂੰ ਵੀ ਕੋਈ ਆਪਣਾ ਘਰ ਦੇ ਵਿੱਚ ਕੋਈ ਕੀਮਤੀ ਸਮਾਨ ਰੱਖਿਆ ਵਾ ਉਹ ਖੜ ਸਕਦੇ ਆ ਇਹਦੇ ਵਿੱਚ ਸਾਨੂੰ ਇਹਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਨਾ ਚਾਹੁੰਦੇ ਹਾਂ ਵੀ ਸਾਡੇ ਵੱਸ ਦੀ ਗੱਲ ਨਹੀਂ ਗੀ ਇਹਨੂੰ ਕਾਨੂੰਨ ਵਾਪਸ ਕੀਤੇ ਜਾਣ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਅਹਿਮਦ ਸਾਹਿਬ ਨੂੰ ਕਹਿੰਦੇ ਹਾਂ ਵੀ ਸਾਡੇ ਪੰਜਾਬ ਦਾ ਜਿਹੜਾ ਵਾ ਕਿਉਂ ਬੇੜਾ ਗਰ ਕਰਨ ਲੱਗੇ ਜੇ ਕਿਉਂਕਿ ਜਿਹੜੀ ਵੀ ਚੀਜ਼ ਪੰਜਾਬ ਤੋਂ ਮਾਝੇ ਤੋਂ ਲਾਗੂ ਹੁੰਦੀ ਆ ਉਹਦੇ ਵਿੱਚ ਇਹ ਸਾਰਾ ਜ਼ਬਤ ਕਰਨਾ ਚਾਹੁੰਦੇ ਆ ਵੀ ਮਾਝੇ ਤੋਂ ਕੋਈ ਨਵਾਂ ਕਾਨੂੰਨ ਨਾ ਉਠਾਉਣ ਦੂਜੀ ਗੱਲ ਰਹੀ ਆਪਣੀ ਕਾਲੇ ਕਾਨੂੰਨਾਂ ਦੀ ਕਾਲੇ ਕਾਨੂੰਨਾਂ ਦਾ ਜੋ ਫੈਸਲਾ ਵਾ ਕਿਉਂਕਿ ਮਾਝੀ ਦੀ ਸਟੇਟ ਤੋਂ ਲੈ ਕੇ 32 ਜਥੇਬੰਦੀਆਂ ਦਿੱਲੀ ਦੇ ਵਿੱਚ ਬੈਠੀਆਂ ਵਾ ਕਿਉਂਕਿ ਇਹਨਾਂ ਨੂੰ ਦਬਾਉਣਾ ਚਾਹੁੰਦੀ ਖਲੇਰਨਾ ਚਾਹੁੰਦੀ ਆ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਵਾਂ ਵੀ ਜਿੱਦਾਂ ਹੁਣ ਆਪਾਂ ਜਥੇਬੰਦੀਆਂ ਇਕੱਠ ਕਰ ਸਕਦੇ ਹਾਂ ਆਪਾਂ ਇਕੱਠ ਨਹੀਂ ਕਰ ਸਕਦੇ ਏਕਾ ਨਹੀਂ ਕਰ ਸਕਦੇ ਸਾਨੂੰ ਖਤਰਾ ਵਾ ਇਹ ਕਾਨੂੰਨ ਵਾਪਸ ਲੈ ਜਾਣ ਇੰਨੀਆਂ ਗੱਲਾਂ ਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੂਪ ਸਿੰਘ ਕੋਲੜੀ ਇੱਕ ਆਮ ਨਾਗਰਿਕ ਪੰਜਾਬ ਦਾ ਨਾਗਰਿਕ ਅਤੇ ਕਿਸਾਨ ਆ ਜਿਹੜਾ BSF ਨੇ ਸੈਂਟਰ ਸਰਕਾਰ ਨੇ ਕੱਲ੍ਹ ਜਦੋਂ ਉਹਦਾ 50 ਕਿਲੋਮੀਟਰ ਦਾ ਦਾਇਰਾ ਕੀਤਾ ਉਹਦੇ ਵਿੱਚ ਸਾਨੂੰ ਇਹਨਾਂ ਨੇ 5-6 ਸਟੇਟਾਂ 'ਚ ਨਾਲ ਉਹਨਾਂ ਦੇ ਮੈਚ ਕੀਤਾ ਜਦੋਂ ਕਿ ਰਾਜਸਥਾਨ ਔਰ ਦੂਸਰਾ ਗੁਜਰਾਤ ਦਾ ਜੋ ਏਰੀਆ ਸੀ ਉਹ ਪਹਿਲਾਂ 50 ਕਿਲੋਮੀਟਰ ਹੀ ਉਹ ਘਟਾ ਕੇ ਇਹਨਾਂ 15 ਕਿਲੋਮੀਟਰ ਕੀਤਾ ਕਿ ਉਹ ਗੁਜਰਾਤ ਦੇ ਸੀ ਆਪਣਾ ਪ੍ਰਾਈਮ ਮਿਨਿਸਟਰ ਆ ਗੁਜਰਾਤ ਦਾ ਗ੍ਰਹਿ ਮੰਤਰੀ ਆ ਸਾਨੂੰ ਇਹਨਾਂ ਮੈਚਿੰਗ ਕੀਤਾ ਇਹਦੇ ਨਾਲ ਆਪਣੇ ਰਾਜਸਥਾਨ ਦੇ ਨਾਲ ਕਿ ਜਦੋਂ ਰਾਜਸਥਾਨ ਦੇ ਵਿੱਚ ਟਿੱਬੇ ਆ 200 ਕਿਲੋਮੀਟਰ ਤੱਕ ਅਤੇ ਸਾਡਾ ਵਾ ਜਿਹੜਾ ਪੰਜਾਬ ਦਾ ਏਰੀਆ ਬਾਰਡਰ ਏਰੀਆ ਸਾਡਾ ਜਿਹੜਾ ਮਹਿੰਦੀਪੁਰ ਬਾਰਡਰ ਆ ਜਿਹੜਾ ਬਿਲਕੁਲ ਖੇਮਕਨ ਖਾਲੜੇ ਬਿਲਕੁਲ ਬਾਰਡਰ ਦੇ 1 ਕਿਲੋਮੀਟਰ ਵਾ ਅਤੇ ਉਹ ਬਾਕੀ ਜਿੱਦਾਂ ਇਹਨਾਂ ਬੰਗਾਲ 'ਚ ਕੀਤਾ ਅਸਾਮ 'ਚ ਕੀਤਾ ਬੰਗਾਲ ਵਾਲੀ ਵੀ ਜੋ CM ਮਮਤਾ ਬੈਨਰਜੀ ਬੋਲੂਗੀ ਔਰ ਰਾਤੀ ਡਿਬੇਟ ਚੱਲ ਰਹੀ ਸੀ ਉਹਨਾਂ ਨੇ ਆਖਿਆ ਵੀ ਜਿਹੜਾ ਸਰੀਨ ਆ ਜਾਂ ਨਿਲ ਸਰੀਨ ਆ BJP ਦਾ ਜਿਹੜਾ ਉਹਨੇ ਇਹ ਗੱਲ ਆਖੀ ਆ ਵੀ ਇਹ ਗੱਲ ਆਖੀ ਵੀ ਜਦੋਂ ਰਾਜਸਥਾਨ 'ਚ ਕਾਂਗਰਸ ਸਰਕਾਰ ਨੂੰ ਵਿਰੋਧ ਨਹੀਂ ਕੀਤਾ ਪਰ ਨਹੀਂ ਵਿਰੋਧ ਕੀਤਾ ਪਰ ਉਹ 200 ਕਿਲੋਮੀਟਰ ਤੱਕ ਉਹ ਟਿੱਬੇ ਚੱਲਣੇ 250 ਉਹਦਾ ਕੋਈ ਅਸਰ ਨਹੀਂ ਹੈਗਾ ਉੱਥੇ ਨਾ ਕੋਈ ਬੰਦਾ ਦਾ ਪਰਿੰਦਾ ਨਾ ਜਾਨਵਰ ਵਾ ਔਰ ਗੁਜਰਾਤ ਦਾ ਉਹ 300 ਕਿਲੋਮੀਟਰ ਤੱਕ ਆ ਜਿਹੜਾ ਅਸਾਮ ਆ ਉਹ ਜੰਗਲੀ ਏਰੀਆ ਵਾ ਜਿਹੜਾ ਜੇ ਮਮਤਾ ਬੈਨਰਜੀ ਇਹਨਾਂ ਜੋ ਫੈਸਲਾ ਕਰ ਦਿੱਤਾ ਇਹ ਬਿਲਕੁਲ ਗਲਤ ਵਾ ਸਾਨੂੰ ਇਹ ਮਨਜ਼ੂਰ ਨਹੀਂ ਅੱਜ BSF ਦਾ ਦਾਇਰਾ 50 ਕਿਲੋਮੀਟਰ ਦਾ ਕੀਤਾ ਅਤੇ ਕਿਸੇ ਸ਼ਖਸ ਨੂੰ ਵੀ ਸਾਨੂੰ ਰਾਤ ਰੋਕ ਕੇ ਉਹਦੀ ਗੱਡੀ ਚੁੱਕ ਕੇ ਉਹਨੂੰ ਜੇਬ ਲੈ ਜਾਣਗੇ ਸਾਨੂੰ ਕੋਈ ਸੁਣਵਾਈ ਨਹੀਂ ਗੀ ਨਾ ਸਾਡੇ ਤੋਂ ਹੋਣਾ ਇਹਦੇ ਪਿੱਛੇ ਇੱਕ ਸਾਜਿਸ਼ ਕੰਮ ਕਰ ਰਹੀ ਆ
जो कोई किसान अंदोलन जान जन अंदोलन चल रहा वा इन्हें कांग्रेस इन्होंने मोदी सरकार ने ढा लाने वास्ते 50 किलोमीटर दायरा किया अपनी फोर्स ला दी। ये मिसाल वो दी जिदा दिल्ली के केजरीवाल की सरकार आ ते पुलिस जी दिल्ली के अंडर वा क्यों उन्होंने बोलने दी वो इन्हों पंजाब सानू काबू करने वास्ते एक नौनीयर की सानू बिल्कुल मंजूर नहीं। और जिहड़ा ये फरमान आ होर किसे स्टेट ते लागू हो गए वो कोई नुकसान ना करे पर पंजाब का बहुत ज़्यादा नुकसान आ। बी एस पी जो मर्जी आए साढ़े घर का रात बबूआ खड़काऊ कहिंदा टप्पू साढ़े को नौजवानों लै जाऊ जा खुद सारा समान लै गए साड़ी गड्डी चुक ली जा राह तुरे जाते जिहड़ा साडा पुलिस प्रशासन आ ये जीरो होकर रह गया जो क्योंकि गरदा अपने इधरों गुरदासपुर साइड तो लैके खेम अपने बाबा बकाल साहब 50 किलोमीटर आ गया खेमगढ़ तो लैके असी तरन तारण वाले सरे बच्चे आ गए साड़ी कोई सुनवाई नहीं। जदों के कोई कानून ठो सोसया जाता जिदा साढ़े तो काले कानून तीन के लागू किए असी सानू नहीं मंजूर आ। इस तरह ही इन्होंने पंजा छिया स्टेटा जी राती टीवी से डिबेट आ रही थी पंजाब हरियाणा से उन्होंने आख्या भी मुलाकात करते रहे जे पर किसी ने कुछ नहीं दसिया पर बिल्ली थैले तो बाहर आ गई आ। इन्हों की मिली भुगतना यह काम होया वा जी ये कांग्रेस की सियासी लड़ाई थी इन्हों की कुर्सी की लड़ाई से सारा नुकसान होया साडे ते कानून नहीं सी लागू होता पर इन्हें जान बुझ के लागू किया किस तरह के पंजाब नूं काबू करिए जिहड़ा दिल्ली के बुरुआ के मोर्चा चल रहा इनू फेल करिए पर ये दसना चाहते हैं जो किसान संघर्ष संयुक्त मोर्चा चल रहा तिने कानून काले रद्द करा के रहेंगे और MSP बिजली एक्ट 2020 जो भी है लागू करा के लागू उन्होंने कैंसल करा के रहेंगे पर दिल्ली का मोर्चा तो चलो मोदी अमित शाह जो मर्जी अपना करे असी उन्होंने कभी भी नहीं बख्शांगे। जिहड़ी ये कौम पंजाब की एक जुझारू कौम आ ना किसी ने वादा करती ना जरती आ पर जिहड़ा आ एक्ट ने दो बिना दसे पुछे सारे दुआ किया सानू नहीं मंजूर आ पर मोदी सरकार ढाडे चैनल जी दसना चाहते हैं मोदी साहब ये अपना फरमान शाही हुक्म वापस लै लो अगे तुम लखीमपुर खीरे जो किया वो जोड़े सार किसान शहीद एक पत्रकार शहीद किया जदों के वो जी तुम वीडियो वेखो PTC न्यूज़ से जी अपनी लखीमपुर खीरी हुई आ चार किसान वो नोवा गड्डी दे अगे चार साइड के चार पिछे अगे अगे सजे खब्बे चार पिछे वो गड्डी नंघा रहे वो गड्डी लंघती आ पिछों एक थार गड्डी है जिस आशीष मिश्रा वो कैबिनेट मंत्री का बंदा मुंडा बैठा वा उन्हें गड्डी चढ़ाई आ कहता मेरा मुंडा नहीं इत्थे पुलिस ने उत्थे आपां इधर जिहड़ी की लेकिन जो सुप्रीम मान योग सुप्रीम कोर्ट ने साडी हैल्प की किसान मोर्चे वाले की उन्होंने किया वीडियो वेखी आ जदों के कैबिनेट मंत्री आता मेरा मुंडा दंगल के बच्चे वा वो कैबिनेट जी वेखी वो दंगल की फो वीडियो वेखी आ दो एक घंटा वो दंगल के गैप रहा वा उस टाइम तो यह आता वा अज वो आशीष मिश्रा उ जो क जिते FI दर्ज हुई आ पर उन्होंने बचाने दी कोशिश हो रही पर सानू कदा चित मंजूर नहीं पर असी अपना हक लैके रहेंगे बाकी कन्ने काले कानून रद्द करा के रहेंगे आ बाकी जो शाही ज तुगलक फरमान किया इस तरह सानू मंजूर नहीं इदा के साडे जी अंग्रेज सरकार आईया ही जबरदस्ती उन्होंने किया यह पर साडियां चुनिया सरकार साडे घाण करनिया चाहुंदियां साडियां फसलां ते साडियां नसलां इन्हां नाल नुकसान कर दियां असीं यह नुकसान नहीं देना BJP वाले भुल जाण भाई इन्हों पंजाब तो बालांगे पर जिदा वो अपने साढ़े वड्डे का फरमान आ गेंद जिन्ना जोर दी मारो उन्नी बुड़क उपर जाऊगी जे गेंद प्रेम रहो गेंद उत्थे बैठेगी। सो मोदी साहब आपां फरमान वापस लै लो सानू ये मंजूर नहीं साढ़े जिथे स्टेटा तो अधिकार करना करो पर साढ़े 50 किलोमीटर सानू मंजूर नहीं साढ़े बच्चे तुम नुकसान करोगे साड़ियाँ तलाशियां करोगे साड़ियाँ बे रात BSF 12 बजे आँदी आ साड़ी सुनवाई कोई नहीं गई पुलिस प्रशासन साड़ा जीरो होकर रह गया SSP भी जीरो होकर रह गया IG बार्डर जीरो होकर रह गया हुण ते चलूगी वो BSF दी जिदा दिल्ली सरक उत्थे चल रही आ इन्हां ना इन्हां गल्लां ना ही पुत बन जा सानू तेरे शाही फरमान लागू नहीं हो इहनू वापस लै ला ते सो इन्हां नू असीं इह चेतावनी देना चाहते हैं तिने कानून काले रद्द होंगे आड़ी साढ़े 100 जो तो 50 किलोमीटर थोपी जा रहे जबरदस्ती थोपिया ये अभी CM साहब न रिपील करते हैं भी यदा विरोध करो अपोजिशन विरोधी पार्टियां भी कर पार्टीबाजी तो उठ के पंजाब की राखी करो तो इलैक्शन इलैक्शन बने तो कुछ ध्यान।